ਆਉਣ ਵਾਲੀ ਪੰਜਾਬੀ ਫਿਲਮ ਜੇ ਪੈਸਾ ਬੋਲਦਾ ਹੁੰਦਾ ਦਾ ਨਵਾਂ ਗੀਤ ਜਲਦੀ ਹੀ ਹੋਵੇਗਾ ਰਿਲੀਜ਼। ਸੋਸ਼ਲ ਮੀਡੀਆ ਤੇ ਪੋਸਟਰ ਆਇਆ ਸਾਹਮਣੇ। ਜੀ ਹਾਂ, ਹਾਲ ਹੀ ਦੇ ਵਿੱਚ ਫਿਲਮ ਦੇ ਮੇਕਰਸ ਦੇ ਵੱਲੋਂ ਤੇ ਫਿਲਮ ਦੀ ਸਟਾਰਕਾਸਟ ਦੇ ਵੱਲੋਂ ਆਉਣ ਵਾਲੇ ਇਸ ਗੀਤ ਦਾ ਪੋਸਟਰ ਸਾਂਝਾ ਕਰ ਦਿੱਤਾ ਗਿਆ, ਜਿਸ ਦਾ ਨਾਮ ਹੈ 7 ਜਨਮਾਂ ਦਾ ਪਿਆਰ। ਇਹ ਫਿਲਮ ਦਾ ਤੀਸਰਾ ਗੀਤ ਹੈ। ਫਿਲਮ ਦਾ ਗੀਤ ਲੱਖ ਟੁਣੋ ਟੁਣੋ ਤੇ ਫਿਲਮ ਦਾ ਟਾਈਟਲ ਟਰੈਕ ਜੇ ਪੈਸਾ ਬੋਲਦਾ ਹੁੰਦਾ ਆਲਰੇਡੀ ਰਿਲੀਜ਼ ਹੋ ਚੁੱਕਿਆ ਹੈ। ਤੇ ਦੱਸ ਦਈਏ ਕਿ ਹੁਣ ਇਸ ਫਿਲਮ ਦੇ ਨੈਕਸਟ ਗੀਤ ਦਾ ਪੋਸਟਰ ਸਾਡੇ ਸਾਹਮਣੇ ਆ ਚੁੱਕਿਆ, ਜਿਸ ਦਾ ਨਾਮ ਹੈ 7 ਜਨਮਾਂ ਦਾ ਪਿਆਰ। ਵੱਲ ਦੱਸ ਦਈਏ ਕਿ ਇਸ ਗੀਤ ਨੂੰ ਆਵਾਜ਼ ਦਿੱਤੀ ਹੈ ਜਾਵੇਦ ਅਲੀ ਨੇ ਤੇ ਲਿਰਿਕਸ ਦਿੱਤੇ ਨੇ ਪ੍ਰਗਟ ਕੋਟ ਗੁਰੂ ਨੇ ਤੇ ਮਿਊਜ਼ਿਕ ਹੈ ਜੱਗੀ ਸਿੰਘ ਦਾ। ਵੈਲ ਇਸ ਗੀਤ ਨੂੰ ਜਲਦੀ ਹੀ ਰਿਲੀਜ਼ ਕੀਤਾ ਜਾਵੇਗਾ, 9th February ਯਾਨੀ ਕਿ ਕੱਲ ਨੂੰ 7 ਜਨਮਾਂ ਦਾ ਪਿਆਰ ਗੀਤ ਹੋ ਜਾਵੇਗਾ ਰਿਲੀਜ਼। ਸੋ ਦਰਸ਼ਕ ਕਾਫੀ ਜ਼ਿਆਦਾ ਐਕਸਾਈਟਿਡ ਨੇ ਇਸ ਗੀਤ ਨੂੰ ਸੁਣਨ ਦੇ ਲਈ। ਤੁਹਾਨੂੰ ਇਹ ਪੋਸਟਰ ਕਿਹੋ ਜਿਹਾ ਲੱਗਿਆ ਤੇ ਕਿੰਨੇ ਐਕਸਾਈਟਿਡ ਹੋ ਗੀਤ ਸੁਣਨ ਲਈ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ। ਉੱਥੇ ਹੀ ਹੁਣ ਜੇਕਰ ਜੇ ਪੈਸਾ ਬੋਲਦਾ ਹੁੰਦਾ ਫਿਲਮ ਦੀ ਗੱਲ ਕਰੀਏ ਤੇ ਫਿਲਮ ਦਾ ਟ੍ਰੇਲਰ ਤੇ 2 ਗੀਤ ਆਲਰੇਡੀ ਰਿਲੀਜ਼ ਹੋ ਚੁੱਕੇ ਨੇ, ਜਿਨ੍ਹਾਂ ਨੂੰ ਦਰਸ਼ਕਾਂ ਨੇ ਚੰਗਾ ਰਿਸਪੌਂਸ ਦਿੱਤਾ ਤੇ ਨਾਲ ਹੀ ਹੁਣ ਫਿਲਮ ਦੀ ਰਿਲੀਜ਼ ਡੇਟ ਵੀ ਨੇੜੇ ਆ ਚੁੱਕੀ ਹੈ। ਇਸ ਫਿਲਮ ਦੇ ਵਿੱਚ ਸਾਨੂੰ ਹਰਦੀਪ ਗਰੇਵਾਲ ਤੇ ਇਹਾਨਾ ਢਿੱਲੋਂ ਮੁੱਖ ਭੂਮਿਕਾਵਾਂ ਨਿਭਾਉਂਦੇ ਹੋਏ ਨਜ਼ਰ ਆਉਣਗੇ ਤੇ ਨਾਲ ਹੀ ਫਿਲਮ ਦੇ ਵਿੱਚ ਸਾਨੂੰ ਮਿੰਟੂ ਕਾਪਾ, ਰਾਜ ਧਾਲੀਵਾਲ, ਸੁਖਵਿੰਦਰ ਰਾਜ, ਮਲਕੀਤ ਰੌਣੀ, ਜੱਗੀ ਧੁਰੀ, ਜਸ਼ਨਜੀਤ ਗੋਸ਼ਾ, ਪ੍ਰਤੀਕ ਵਡੇਰਾ ਤੇ ਸੰਦੀਪਜੀਤ ਪਤੀਲਾ ਵਰਗੇ ਕਈ ਆਰਟਿਸਟ ਨਜ਼ਰ ਆਉਣ ਵਾਲੇ ਨੇ। ਦੱਸ ਦਈਏ ਕਿ ਇਸ ਫਿਲਮ ਦੀ ਕਹਾਣੀ ਨੂੰ ਅਮਨ ਸਿੱਧੂ ਦੇ ਵੱਲੋਂ ਲਿਖਿਆ ਗਿਆ ਤੇ ਫਿਲਮ ਦੇ ਡਾਇਰੈਕਟਰ ਨੇ ਮਨਪ੍ਰੀਤ ਬਰਾੜ, ਯਾਨੀ ਕਿ ਜੇ ਪੈਸਾ ਬੋਲਦਾ ਹੁੰਦਾ ਫਿਲਮ ਨੂੰ ਡਾਇਰੈਕਟ ਕੀਤਾ ਗਿਆ ਮਨਪ੍ਰੀਤ ਬਰਾੜ ਦੇ ਵੱਲੋਂ। ਇਸ ਫਿਲਮ ਦੇ ਪ੍ਰੋਡਿਊਸਰਸ ਦੀ ਗੱਲ ਕਰੀਏ ਤੇ ਫਿਲਮ ਨੂੰ ਪ੍ਰੋਡਿਊਸ ਕੀਤਾ ਗਿਆ ਇਹਾਨਾ ਢਿੱਲੋਂ ਤੇ ਸਰਬਜੀਤ ਬੱਸੀ ਦੇ ਵੱਲੋਂ। ਜੇ ਪੈਸਾ ਬੋਲਦਾ ਹੁੰਦਾ ਫਿਲਮ ਨੂੰ ਪ੍ਰੈਜੈਂਟ ਕਰ ਰਹੇ ਨੇ ਇਹਾਨਾ ਢਿੱਲੋਂ ਮੂਵੀਜ਼ ਐਂਡ ਲਾਈਫ ਲਾਈਨ ਗਰੁੱਪ, ਯਾਨੀ ਕਿ ਇਹਾਨਾ ਢਿੱਲੋਂ ਮੂਵੀਜ਼ ਐਂਡ ਲਾਈਫ ਲਾਈਨ ਗਰੁੱਪ ਦੇ ਬੈਨਰ ਹੇਠ ਰਿਲੀਜ਼ ਹੋਣ ਵਾਲੀ ਹੈ ਫਿਲਮ ਜੇ ਪੈਸਾ ਬੋਲਦਾ ਹੁੰਦਾ। ਫਿਲਮ ਦਾ ਕੰਸੈਪਟ ਕਾਫੀ ਡਿਫਰੈਂਟ ਹੈ, ਲੋਕਾਂ ਵੱਲੋਂ ਇਸ ਟ੍ਰੇਲਰ ਨੂੰ ਵੀ ਪਿਆਰ ਦਿੱਤਾ ਗਿਆ ਤੇ ਗੀਤਾਂ ਨੂੰ ਵੀ ਪਿਆਰ ਮਿਲ ਰਿਹਾ। ਹੁਣ ਕੱਲ ਨੂੰ ਫਿਲਮ ਦਾ ਨਵਾਂ ਗੀਤ ਵੀ ਰਿਲੀਜ਼ ਹੋ ਜਾਵੇਗਾ। ਸੋ ਕਿੰਨੇ ਐਕਸਾਈਟਿਡ ਹੋ ਫਿਲਮ ਦੀ ਰਿਲੀਜ਼ ਲਈ, ਗੀਤ ਦੇ ਰਿਲੀਜ਼ ਲਈ ਕਮੈਂਟ ਕਰਕੇ ਦੱਸ ਸਕਦੇ ਹੋ। ਫਿਲਮ ਦੀ ਪਾਰਟੀਕੁਲਰ ਰਿਲੀਜ਼ ਡੇਟ ਸਾਹਮਣੇ ਆ ਚੁੱਕੀ ਹੈ। ਇਹ ਫਿਲਮ 23 February 2024 ਯਾਨੀ ਕਿ ਇਸ ਮਹੀਨੇ 23 ਨੂੰ ਸਿਨੇਮਾ ਘਰਾਂ ਦੇ ਵਿੱਚ ਦਸਤਕ ਦੇਵੇਗੀ। ਸੋ ਕਿੰਨੇ ਐਕਸਾਈਟਿਡ ਹੋ ਇਸ ਫਿਲਮ ਨੂੰ ਵੇਖਣ ਲਈ ਕਮੈਂਟ ਕਰਕੇ ਜ਼ਰੂਰ ਦੱਸਿਓ। ਸੋ ਫਿਲਹਾਲ ਦੇ ਲਈ ਇਸ ਵੀਡੀਓ ਅਪਡੇਟ ਦੇ ਵਿੱਚ ਬਸ ਇਹ ਨਹੀਂ। ਇਸ ਤੋਂ ਇਲਾਵਾ ਬਾਲੀਵੁੱਡ ਤੇ ਐਂਟਰਟੇਨਮੈਂਟ ਇੰਡਸਟਰੀ ਨਾਲ ਜੁੜੀਆਂ ਹੋਈਆਂ ਲੇਟੈਸਟ ਅਪਡੇਟ ਵੀਡੀਓ ਤੇ ਇੰਟਰਵਿਊਜ਼ ਲਈ ਤੁਸੀਂ ਜੁੜੇ ਰਹੋ ਦੇਸੀ ਚੈਨਲ ਦੇ ਨਾਲ। ਧੰਨਵਾਦ।